ਬਿਕਰਮਜੀਤ ਸਿੰਘ ਹਾਂ ਜੀ ਸਰ ਕਿਸ ਜਗ੍ਹਾ ਤੇ ਤੁਸੀਂ ਕਾਰਡ ਬਣਾਉਣ ਆਏ ਜੇ ਆਪਾਂ ਤਾਂ ਕਲੋਨੀ ਇਹਦੇ ਖੰਡ ਵਾਲੇ ਦੇ ਲਾਗੇ ਹਾਂ ਜੀ ਆਯੁਸ਼ਮਾਨ ਕਾਰਡ ਬਣਾਉਣੇ ਬਾਈ ਸਰ ਕਿੰਨੇ ਪੈਸੇ ਲਿੱਤੇ ਜਾ ਰਹੇ ਤੁਹਾਡੇ ਵੱਲੋਂ 50 ਰੁਪਏ ਕਾਰਡ ਦੇ ਆਯੁਸ਼ਮਾਨ ਫੀਸ ਹੈਗੀ ਸਰ ਉਹਦੀ 50 ਰੁਪਏ ਕਾਰਡ ਦੇ ਲਈਦੇ ਬਾਈ ਬਣਾਉਣ ਨਹੀਂ ਨਹੀਂ ਸਰਕਾਰ ਵੱਲੋਂ ਤਾਂ ਫੀਸ ਹੈਗੀ ਭਾਈ ਜਿਹੜੀ ਚੀਜ਼ ਹੈ ਜੀ ਆਪਾਂ 50 ਰੁਪਏ ਦੇ ਕਾਰਡ ਦੇ ਲਈਦੇ ਉਹਦੇ ਵਿੱਚ ਪ੍ਰਿੰਟ ਕੱਢ ਕੇ ਜਿਹੜਾ ਆਪਾਂ ਦੇ ਨਹੀਂ ਨਹੀਂ ਪਹਿਲਾਂ ਮੈਨੂੰ ਦੱਸੋ ਸਰਕਾਰ ਦੀ ਕੋਈ ਪਾਲਿਸੀ ਹੈਗੀ ਕਿ ਤੁਸੀਂ ਪੈਸੇ ਲੈ ਸਕਦੇ ਭਾਈ ਆਪਾਂ ਸੀਐਸਸੀ ਸੈਂਟਰ ਲਿਆ ਉਹਦੇ ਵਿੱਚ ਆਪਣਾ ਜਿਹੜਾ ਵਾ ਆਪਾਂ ਆਯੁਸ਼ਮਾਨ ਕਾਰਡ ਜਿਹੜਾ ਬਣਾ ਕੇ ਦੇਈਦਾ ਜਿਹੜਾ ਬੰਦੇ ਦਾ ਨਾਮ ਪਵਾਉਣ ਦਾ ਤੁਸੀਂ ਕਹਿੰਦੇ ਕਿ ਬੱਚੇ ਦਾ ਨਾਮ ਪਾਣਾ ਤੇ ਉਹਦਾ 600 ਰੁਪਏ ਲੱਗੇਗਾ ਕੋਈ ਇਸ ਤਰ੍ਹਾਂ ਦੀ ਕੋਈ ਫੀਸ ਹੈ ਜੀ ਦੀ ਰਾਸ਼ਨ ਕਾਰਡ ਚ ਉਹ ਭਾਈ ਸਾਈਡ ਦੇ ਜਿਹੜਾ ਇਹ ਆਪਣੀ ਚੱਲਣ ਦੀ ਹੈ ਜਿਹੜੀ ਐਨਐਫਐਸਸੀ ਸਾਈਡ ਹੈ ਉਹਦੇ ਵਿੱਚ ਨਾਮ ਜਿਹੜੇ ਆ ਐਡ ਹੋਣਦੇ ਆ ਮੈਨੂੰ ਦੱਸੋ ਸਾਰੇ ਕੋਈ ਸਰਕਾਰ ਦੀ ਪਾਲਿਸੀ ਹੈਗੀ ਕਿ ਤੁਸੀਂ ਬੱਚੇ ਦਾ ਨਾਮ ਪਾਓਗੇ ਤੇ ਉਹਦੇ ਪੈਸੇ ਲਓਗੇ ਕਿਸ ਚੀਜ਼ ਦਾ ਕਿ ਮੰਨ ਲਓ ਜੇ 5 ਮੈਂਬਰ ਆ 6ਵੇਂ ਬੱਚੇ ਦਾ ਨਾਮ ਪਾਣਾ ਵਾ ਉਹਨਾਂ ਦੇ ਪਰਿਵਾਰ ਚ ਕੋਈ 600 ਰੁਪਏ ਲਿਆ ਜਾ ਰਿਹਾ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀ ਪਾਲਿਸੀ ਹੈਗੀ ਭਾਈ ਜਿਹੜੇ ਆਪਾਂ ਰਾਸ਼ਨ ਕਾਰਡ ਦੇ ਵਿੱਚ ਨਾਮ ਐਡ ਕਰਾਂਗੇ ਤੇ ਉਹ ਉਸੇ ਦੀ ਜਿਹੜੀ ਆਪਾਂ ਗੱਲ ਕਰਨ ਰਹੇ ਆ ਤੇ ਉਹ ਸਰ ਮੈਂ ਕਹਾਂ ਸਰਕਾਰ ਦੀ ਕੋਈ ਪਾਲਿਸੀ ਹੈਗੀ ਕਿ ਤੁਸੀਂ ਪੈਸੇ ਲੈ ਹਲੇ ਇਸ ਵਕਤ ਜਿਹੜੇ ਆਪਾਂ ਬਣਾਉਂਦੇ ਆ ਆਯੁਸ਼ਮਾਨ ਕਾਰਡ ਬਣਾਉਂਦੇ ਆ ਠੀਕ ਆ ਮੈਂ ਕਾਰਡਾਂ ਦੀ ਗੱਲ ਕਰਦਾ ਜੀ ਤੁਸੀਂ ਰਾਸ਼ਨ ਕਾਰਡ ਦੀ ਗੱਲ ਕਰਦੇ ਪਰ ਇਹੋ ਗੱਲ ਕਰਦੇ ਕਿ ਇਸ ਤਰ੍ਹਾਂ ਦੀ ਪਾਲਿਸੀ ਹੈਗੀ ਜਿਹੜੇ ਰਾਸ਼ਨ ਕਾਰਡ ਦੀ ਜਿਹੜੀ ਸਾਈਡ ਹੈ ਉਹ ਬੰਦ ਹੈ ਬਿਲਕੁਲ ਬੰਦ ਕੌਣ ਕਹਿੰਦਾ ਬਈ ਤੁਹਾਡੇ ਆਪਾਂ ਮੈਂ ਕਹਿ ਰਿਹਾ ਸਰ ਮੈਂ ਵੀਡੀਓ 'ਚ ਮੈਂ ਕਹਿ ਰਿਹਾ ਭਾਜੀ ਮੈਂ ਗੱਲ ਕਰ ਰਿਹਾ ਨਾ ਵੀ ਆਪਾਂ ਇਸ ਵਕਤ ਕਿਹੜੇ ਕਾਰਡ ਬਣਾਉਂਦੇ ਆਪਾਂ ਕਾਰਡ ਬਣਾਉਂਦੇ ਆਯੁਸ਼ਮਾਨ ਕਾਰਡ ਬਣਾ ਰਹੇ ਜੇ ਤੁਸੀਂ ਆਯੁਸ਼ਮਾਨ ਕਾਰਡ ਬਣਾ ਰਹੇ ਜੇ ਤੁਸੀਂ ਇੱਕ ਬੰਦਾ ਮੁੰਡਾ ਤੁਹਾਡੇ ਕੋਲ ਆਇਆ ਵਾ ਠੀਕ ਹੈ ਉਹਨੇ ਕਿਹਾ ਕਿ ਮੈਂ ਆਪਣੇ ਬੇਟੇ ਦਾ ਨਾਮ ਲਵਾਣਾ ਲਿਖਾਣਾ ਉਹਦੇ ਵਿੱਚ ਕਾਰਡ ਦੇ ਵਿੱਚ ਕਿਹੜੇ ਕਾਰਡ 'ਚ ਆ ਜਿਹੜਾ ਨੀਲਾ ਕਾਰਡ ਆ ਕੋਈ ਵੀ ਤੁਸੀਂ ਉਹਦੇ ਕੋਲ ਕਿਹਾ ਕਿ ਮੈਂ 600 ਰੁਪਏ ਲਾਵਾਂਗਾ ਤੇ 500 ਰੁਪਏ ਸਰਕਾਰੀ ਫੀਸ ਆ ਇਸ ਤਰ੍ਹਾਂ ਦੀ ਕੋਈ ਗੱਲ ਭਾਈ ਇਹਦੇ ਵਿੱਚ ਆਪਾਂ ਜਿਹੜੀ ਫੀ ਆਪਾਂ ਕੰਮ ਕਰਦੇ ਠੀਕ ਹੈ ਮੈਂ ਉਹ 'ਚ ਘੰਟਾ ਡੇਢ ਘੰਟਾ ਜਿਹੜਾ ਲੱਗਦਾ ਉਸ ਚੀਜ਼ ਵਿੱਚ ਇਹ ਤੁਹਾਡੀ ਸਿਰਦਰਦੀ ਨਾਲ ਤੁਸੀਂ ਸੇਵਾ ਕਰਦੇ ਜਾਂ ਕੀ ਕਰਦੇ ਮੈਨੂੰ ਆ ਦੱਸੋ ਸਰਕਾਰ ਦੀ ਕੋਈ ਚਵਾਨੀ ਦੀ ਵੀ ਪਾਲਿਸੀ ਕਿ ਸਰਕਾਰ ਨੇ ਕਿਹਾ ਜਾ ਕੇ ਕਾਰਡ ਬਣਾਓ ਤੇ ਰੁਪਈਆ ਵੀ ਲੈ ਲਓ ਕਿਸੇ ਤੋਂ ਅਸੀਂ ਭਾਈ ਜਿਹੜਾ ਆਪਣੀ ਮਿਹਨਤ ਅਸੀਂ ਆਪਣੀ ਮਿਹਨਤ ਦੇ ਲੈਨੇ ਜੀ ਤੁਹਾਡੇ ਕੋਲ ਕੋਈ ਇਹਦਾ ਆਪਣਾ ਕਾਰਡ ਆ ਆਈਡੈਂਟੀ ਕਾਰਡ ਕੋਈ ਸੀਐਸਸੀ ਸੈਂਟਰ ਹੈ ਆਪਣੇ ਕੋਲ ਭਾਈ ਆ ਸਰ ਉਹਦਾ ਕੋਈ ਤੁਹਾਨੂੰ ਕੋਈ ਕਾਰਡ ਕੀਤਾ ਹੈਗਾ ਨਾ ਨਹੀਂ ਕੋਈ ਗੱਲ ਨਹੀਂ ਕਾਰਡ ਕੀਤਾ ਹੈਗਾ ਨਾ ਪਰ ਤੁਹਾਡਾ ਕੋਈ ਲਾਇਸੈਂਸ ਜਾਂ ਇਸ ਤਰ੍ਹਾਂ ਦੀ ਕੋਈ ਗਵਰਨਮੈਂਟ ਵੱਲੋਂ ਨਹੀਂ ਹੈਗਾ ਇਹ ਚੀਜ਼ ਅਸੀਂ ਨਾ ਕਿਸੇ ਨੂੰ ਆਖੀਏ ਵੀ ਅਸੀਂ ਸਰਕਾਰੀ ਬੰਦੇ ਆ ਠੀਕ ਹੈ ਪਰ ਤੁਸੀਂ ਰਾਸ਼ਨ ਕਾਰਡ ਦੀ ਇਸ ਤਰ੍ਹਾਂ ਦੀ ਤੁਸੀਂ ਚਾਹੀਦਾ ਕਿ ਤੁਹਾਨੂੰ ਕੋਈ ਦੁਕਾਨਦਾਰੀ ਹੋਣੀ ਚਾਹੀਦੀ ਹੈ ਕੋਈ ਦੁਕਾਨ ਖੋਲੋ ਕਿ ਨਾ ਕਿ ਤੁਸੀਂ ਆ ਕੇ ਲੋਕਾਂ ਨੂੰ ਗੁੰਮਰਾਹ ਕਰੋ ਲੋਕ 50-50 ਰੁਪਏ ਲੈ ਲੈਂਦੇ ਅਸੀਂ ਆਯੁਸ਼ਮਾਨ ਕਾਰਡ ਜਿਹੜਾ ਬਣਾਉਂਦੇ ਉਹਦਾ 50 ਰੁਪਏ ਲਈਦੇ ਜਿਹੜੀ ਚੀਜ਼ ਕਹਿੰਦੇ ਹੋ ਜਦੋਂ ਇਹ ਚਲੀ ਜਾਣਗੇ ਤੇ ਕਿੱਥੋਂ ਜਿਹੜੇ ਕਾਰਡ ਆ ਨਾ ਆਪਾਂ ਬਣਾ ਕੇ ਤੇ ਨਾਲੇ ਪੀਡੀਐਫ ਜਿਹੜੀ ਆ ਉਹ ਫੋਨ ਦੇ ਵਿੱਚ ਤੁਹਾਡੇ ਜਿਹੜੇ ਕਾਰਡ ਭੇਜ ਦਈਦੇ ਆ ਠੀਕ ਹੈ ਯਾਰ ਉਹ ਤੇ ਦੇਖੋ ਆਨਲਾਈਨ ਦੇ ਵਿੱਚ ਤੇ ਜੋ ਵੀ ਆ ਤੇ ਮੈਂ ਵੀ ਕਰ ਲੈਣਾ ਹਾਂਜੀ ਸਰ ਆਪਣਾ ਨਾਮ ਦੱਸ ਕੇ ਜੀ ਤੁਸੀਂ ਇੱਥੇ ਪਹੁੰਚੇ ਜੇ ਕੀ ਹੋ ਰਿਹਾ ਜੀ ਸਾਰਾ ਦੱਸਿਓ ਜੀ ਮੈਂ ਜੀ ਰਾਹੁਲ ਕੁਮਾਰ ਜ਼ਿਲ੍ਹਾ ਅੰਮ੍ਰਿਤਸਰ ਤੋਂ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਆ ਅੱਜ ਜੀ ਮੈਨੂੰ ਨਾ 15 ਕੁ ਮਿੰਟ ਪਹਿਲਾਂ 20 ਮਿੰਟ ਪਹਿਲਾਂ ਫੋਨ ਆਇਆ ਕਿ ਕਲੋਨੀ ਚੋਂ ਹੀ ਵੀ ਇੱਥੇ ਨਾ ਕੋਈ ਮੁੰਡੇ ਆਏ ਆ ਕਾਰਡ ਬਣਾਉਂਦੇ ਆਯੁਸ਼ਮਾਨ ਦੇ ਇੱਕ ਤਾਂ ਉਹ ਕਿਸੇ ਕੋ 50 ਕਿਸੇ ਕੋ 100 ਰੁਪਈਆ ਇਸ ਤਰ੍ਹਾਂ ਲਈ ਜਾ ਰਹੇ ਆ ਅਤੇ ਰਾਸ਼ਨ ਕਾਰਡ ਦਾ ਵੀ ਕਹਿੰਦੇ ਜੇ ਨਾ ਐਡ ਕਰਾਉਣਾ ਵਾ ਤਾਂ 600 ਰੁਪਈਆ ਲਵਾਂਗੇ ਮੈਂ ਉਸੇ ਵੇਲੇ ਹੀ ਬਾਥਰੂਮ ਜਲਦੀ ਜਲਦੀ ਆਇਆ ਵੇਖਿਆ ਤਾਂ ਇਹਨਾਂ ਨੇ ਘੱਟੋ ਘੱਟ 2-2.5 ਹਜ਼ਾਰ ਰੁਪਈਆ ਦਿਹਾੜੀ ਪਾ ਚੁੱਕੇ ਅੱਧੇ ਪੌਣੇ ਘੰਟੇ 'ਚ ਫਿਰ ਮੈਂ ਵੇਖਿਆ ਆਯੁਸ਼ਮਾਨ ਵਾਲਾ ਮੁੰਡਾ ਸੱਦਿਆ ਮੈਂ ਵੀ ਇਹ ਕੋਈ ਫੀਸ ਹੈਗੀ ਆ ਕਹਿੰਦੇ ਜੀ ਨਹੀਂ ਅਸੀਂ ਤਾਂ ਆਪਣੀ ਮਿਹਨਤ ਲੈਂਦੇ ਹਾਂ ਮੈਂ ਕਿਹਾ ਜੇ ਮਿਹਨਤ ਲੈਣੀ ਆ ਤੁਸੀਂ ਆਪਣੀ ਦੁਕਾਨਦਾਰੀ ਚਲਾਉਣੀ ਕਿਸੇ ਦੁਕਾਨ 'ਚ ਚਲਾਓ ਇੱਦਾਂ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਅੱਗੇ ਤਾਂ ਸਰਕਾਰ ਕੁਛ ਦੇਣ ਨਹੀਂ ਦਈ ਧੱਕਾ ਕਰ ਰਹੀ ਆ ਅਤੇ ਉੱਤੋਂ ਇਹੋ ਜਿਹੇ ਲੋਕ ਆ ਜਾਂਦੇ ਆਪਣੀ ਦੁਕਾਨਦਾਰੀਆਂ ਚਲਾਉਣ ਫਿਰ ਜੀ ਆਹ ਮੇਰੇ ਕੋਲ ਲਿਸਟ ਆ ਜਿੰਨੇ ਵੀ ਪੈਸੇ ਇਹਨਾਂ ਨੇ ਕੀਤੇ ਸੀ ਇਕੱਠੇ ਆਹ ਮੈਂ ਸਾਰੇ ਪੈਸੇ ਇਹਨਾਂ ਕੋਲ ਵਾਪਸ ਕਰਾਏ ਜੀ ਸਾਰੇ ਪੈਸੇ ਇਕੱਲੇ ਇਕੱਲੇ ਬੰਦੇ ਨੂੰ ਜਿੰਨੇ ਜਿੰਨੇ ਪੈਸੇ ਇਹਨਾਂ ਨੇ ਲਿਖੇ ਸੀ ਉਨੇ ਉਨੇ ਪੈਸੇ ਵਾਪਸ ਕਰਾਏ ਆ ਕਦੀ ਕਿਸੇ ਕੋਲ ਗੂਗਲ ਪੇ ਵੀ ਕਰਾਏ ਉਹ ਵੀ ਇਹਨਾਂ ਕੋਲ ਗੂਗਲ ਪੇ ਵਾਪਸ ਕਰਾਏ ਆ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਵਾਂ ਵੀ ਅੱਗੇ ਤੁਸੀਂ ਬਹੁਤ ਧੱਕਾ ਕਰ ਰਹੇ ਹੋ 2 ਸਾਲ ਹੋ ਗਏ ਤੁਹਾਡੀ ਸਰਕਾਰ ਆਈ ਨੂੰ ਲਾਰੇ ਲੱਪਿਆਂ ਵਾਲੀ ਸਰਕਾਰ ਬੋਡਾਂ ਵਾਲੀ ਸਰਕਾਰ ਗਿਣੀ ਜਾ ਰਹੀ ਆ ਪਰ ਇਦਾਂ ਦਾ ਧੱਕਾ ਅਸੀਂ ਆਪਣੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਦੀ ਨਹੀਂ ਚੱਲਣ ਦੇਵਾਂਗੇ ਇਸ ਲਈ ਯੂਥ ਕਾਂਗਰਸ ਵੱਧ ਤੋਂ ਵੱਧ ਤੁਹਾਡਾ ਵਿਰੋਧ ਕਰੂਗੀ ਤੁਸੀਂ ਕਿਰਪਾ ਕਰੋ ਆਪਣੀਆਂ ਜੇ ਇਹਨਾਂ ਨੂੰ ਕੋਈ ਦੁਕਾਨਦਾਰੀਆਂ ਚਲਾਉਣੀਆਂ ਇਹੋ ਜਿਹੀਆਂ ਦੁਕਾਨਦਾਰੀਆਂ ਚਲਾਉਣ ਵਾਲਿਆਂ 'ਤੇ ਪਰਚੇ ਹੋਣੇ ਚਾਹੀਦੇ ਆ ਇਹਨਾਂ ਨੇ ਇੱਕ ਕਿਸੇ ਪ੍ਰਧਾਨ ਨਾਲ ਮੇਰੀ ਗੱਲ ਕਰਾਈ ਉਹ ਕਹਿੰਦਾ ਵੀ ਯਾਰ ਇਹ ਦਿਹਾੜੀ ਤੋੜ ਕੇ ਆਏ ਮਿਹਨਤ ਕਰਨ ਦੇ ਆ ਤੁਸੀਂ ਇਹਨਾਂ ਨੂੰ ਰੋਕਣ ਦੇ ਜੇ ਅਤੇ ਮੈਂ ਕੋਈ ਫੀਸ ਹੈਗੀ ਆ ਕਹਿੰਦੇ 30-35 ਰੁਪਈਏ ਹੈਗੀ ਆ ਮੈਂ ਕਿਹਾ ਜੇ 30-35 ਪੈਸੇ ਵੀ ਹੋਊਗੀ ਮੈਨੂੰ ਚੌਂਕ 'ਚ ਖੜਾ ਕੇ ਗੋਲੀ ਮਾਰ ਦਿਓ ਅਤੇ ਇਹ ਨਜਾਇਜ਼ ਧੱਕਾ ਨਹੀਂ ਅਸੀਂ ਹੋਣ ਦੇਣਾ ਅਤੇ ਇਸ ਕਰਕੇ ਅਸੀਂ
आम लोगों भी कहना चाहते हैं कि यहोजे लोगों तो गुमराह होने की लड़ नहीं है। तुम अपन जो काम करने सरकारी अदारिया के जाके काम कराओ। हर बैंक सरकारिया के कार्ड बन रहे, फिर डाकखाना कार्ड बन रहा, यहोजे लोगों तो गुमराह होने बचो। यहोजे लोगों ते पैसे कट्ठे कर देने, तुम पी डी एफ सेंड कर देना, वह बनना कुछ नहीं आ। फिर तुम कहना वा कि साडा बनया कुछ। अज तो पता लग गया जी, तुहानू किसी ने कॉल करती, किसी समझदार बंदे ने तुहानू कॉल करती, तो पूरे अमृतसर दे विच इस तरह के जिहड़े काम चलते पे, उत्थे दे लोकां नू की मैसेज देना चाहते जी? उही मैं कह रहा भी लोगों नू समझदार होना चाहिए वा कि इहोजे लोगों नू जिहड़े आए आ इन्हां तों गुमराह होण दी लोड़ नहीं आ। मैं तद्दे कहना भी जे कोई भी कार्ड बनाउणा सरकारी होस्पिटल दे विच, गुरु नानक होस्पिटल दे विच कार्ड बनदे आ, सरकारी डाकखानियां दे विच कार्ड बनदे आ, सरकारी सिविल होस्पिटल दे विच कार्ड बनदे आ, हर इलाके दे विच जिथे सरकारी कार्ड आ वो सारे बन रहे आ। इस करके इहोजे लोगों तों गुमराह होना नहीं चाहिए।